सत श्री अकाल जी। ये वीडियो है उन सारे इंटरनेशनल स्टूडेंट्स लिए जिन्हों का कि मार्च 18 तो पहला कैनेडा का स्टडी वीज़ा आ चुका है तो वह अगे इतने आने की तैयारियां कर रहे हैं। तो वह स्टूडेंट्स जिहड़े कि उत्थे इंडिया विच बैठे ही ऑनलाइन स्टडी कर रहे हैं तो नाल दी नाल वह सारे जिन्होंने हले अपकमिंग इनटेक्स के कैनेडा विच आ के पढ़ना है। जिवें कि तुसीं सुनिया होगा कैनेडा बॉर्डर तो बहुत सारे इंटरनेशनल स्टूडेंट्स नूं वापस भेज दिता गया है। उसके दो मेन कारण जो मैं इस वीडियो तुहाडे नाल डिस्कस करांगा ताकि इन फ्यूचर जेकर तुसीं जां फिर तुहाडा कोई रिलेटिव कैनेडा दे विच एज अ स्टूडेंट आ रहा है उसनू इस प्रॉब्लम का जिहड़ा सामना ना करना पवे। हाँ जी, वापसी का पहला कारण यह भी सी कि बहुत सारे इंटरनेशनल स्टूडेंट्स के कोल कॉलेज वालों प्रोवाइड किया हुआ सपोर्ट लैटर नहीं सी। बेसिकली सपोर्ट लैटर दे विच तुहाडे कॉलेज वालों यह दस्या गया हुंदा है कि तुहाडा कैनेडा दे विच आके स्टडी करना क्यों लाजमी है। इस दे विच ਤੁਹਾਡੇ ਨਾਲ ਰਿਲੇਟਡ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਤੁਹਾਡਾ ਕੋਈ ਇੰਟਰਨੈਟ ਇਸ਼ੂਜ਼ ਜਾਂ ਟਾਈਮ ਜ਼ੋਨ ਦਾ ਡਿਫਰੈਂਸ ਜਾਂ ਹੋਰ ਮੈਡੀਕਲ ਕੰਡੀਸ਼ਨਸ ਇਹਨਾਂ ਚੀਜ਼ਾਂ ਦੇ ਬਾਰੇ ਜੋ ਕਿ ਜੋ ਵੀ ਤੁਹਾਡੇ ਨਾਲ ਤੁਹਾਡੀ ਕੰਡੀਸ਼ਨ ਦੇ ਨਾਲ ਮੇਲ ਖਾਂਦੀਆਂ ਨੇ ਉਹ ਇਸ ਲੈਟਰ ਦੇ ਵਿੱਚ ਦੱਸੀਆਂ ਗਈਆਂ ਹੁੰਦੀਆਂ ਨੇ। ਸੋ ਇਹ ਲੈਟਰ ਜਦੋਂ ਤੁਸੀਂ ਇੱਥੇ ਅਰਾਈਵ ਕਰਦੇ ਹੋ ਬਾਰਡਰ ਦੇ ਉੱਪਰ ਇਮੀਗ੍ਰੇਸ਼ਨ ਅਫਸਰ ਨੂੰ ਇਹ ਸਮਝਣ ਵਿੱਚ ਹੈਲਪ ਕਰਦਾ ਹੈ ਕਿ ਤੁਹਾਡਾ ਕੈਨੇਡਾ ਦੇ ਵਿੱਚ ਰਹਿ ਕੇ ਸਟੱਡੀ ਕਰਨਾ ਕਿਉਂ ਜ਼ਰੂਰੀ ਹੈ। ਅਤੇ ਬਹੁਤਿਆਂ ਦੀ ਵਾਪਸੀ ਦਾ ਦੂਜਾ ਕਾਰਨ ਇਹ ਸੀ ਕਿ ਉਹਨਾਂ ਕੋਲ ਕੋਈ ਆਪਦਾ ਕੁਆਰੰਟਾਈਨ ਪਲਾਨ ਨਹੀਂ ਸੀ। ਕੁਆਰੰਟਾਈਨ ਪਲਾਨ ਇਹ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ 14 ਦਿਨ ਦੇ ਲਈ ਬਿਨਾਂ ਕਿਸੇ ਦੇ ਸੰਪਰਕ ਵਿੱਚ ਆਇਆ ਆਪਣੇ ਆਪ ਨੂੰ ਕਿੱਦਾਂ ਇਕਾਂਤਵਾਸ ਰੱਖਣਾ ਹੈ। ਸੋ ਵੀਜ਼ਾ ਅਫਸਰ ਤੁਹਾਨੂੰ ਕੁਆਰੰਟਾਈਨ ਪਲਾਨ ਦੇ ਬਾਰੇ 3 ਸਵਾਲ ਪੁੱਛੂਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਕਿੱਥੇ ਰਹਿਣਾ ਹੈ। ਇਸ ਦੇ ਵਿੱਚ ਤੁਹਾਡੀ ਔਨਲਾਈਨ ਹੋਟਲ ਬੁਕਿੰਗ ਹੈਲਪਫੁਲ ਹੋ ਸਕਦੀ ਆ। ਜਦੋਂ ਤੁਸੀਂ ਹੋਟਲ ਨੂੰ ਪੇ ਕਰਦੇ ਹੋ ਤਾਂ ਉਹ ਤੁਹਾਨੂੰ ਇੱਕ ਕਨਫਰਮੇਸ਼ਨ ਲੈਟਰ ਭੇਜਦੇ ਹਨ ਜਿਸ ਦੇ ਵਿੱਚ ਉਹਨਾਂ ਦੱਸਿਆ ਹੁੰਦਾ ਹੈ ਕਿ ਤੁਹਾਡਾ 14 ਡੇਜ਼ ਦਾ ਜਿਹੜਾ ਸਟੇ ਆ ਇਹ ਕਨਫਰਮਡ ਹੈ। ਇਹ ਲੈਟਰ ਤੁਹਾਡੇ ਕੋਲ ਬਾਏ ਈਮੇਲ ਜਾਂ ਫਿਰ ਤੁਹਾਡੇ ਕੋਲ ਪ੍ਰੋਪਰ ਪ੍ਰਿੰਟਡ ਲੈਟਰ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਸੀਂ ਮੌਕੇ 'ਤੇ ਇਮੀਗ੍ਰੇਸ਼ਨ ਅਫਸਰ ਨੂੰ ਦਿਖਾ ਸਕੋ। ਨੈਕਸਟ ਕੁਐਸਚਨ, ਇਮੀਗ੍ਰੇਸ਼ਨ ਅਫਸਰ ਵੱਲੋਂ ਤੁਹਾਨੂੰ ਇਹ ਪੁੱਛਿਆ ਜਾਏਗਾ ਕਿ ਤੁਹਾਨੂੰ ਏਅਰਪੋਰਟ ਤੋਂ ਹੋਟਲ ਤੱਕ ਕੌਣ ਪਿੱਕ ਐਂਡ ਡਰੌਪ ਕਰ ਰਿਹਾ ਹੈ। ਇਸ ਵਿੱਚ ਧਿਆਨ ਰੱਖਣ ਦੀ ਗੱਲ ਹੈ ਕਿ ਤੁਹਾਨੂੰ ਕੋਈ ਰਿਲੇਟਿਵ ਪਿੱਕ ਨਹੀਂ ਕਰੇਗਾ, ਤੁਹਾਨੂੰ ਇਸ ਦੇ ਲਈ ਇੱਕ ਟੈਕਸੀ ਬੁੱਕ ਕਰਨੀ ਪਵੇਗੀ ਅਤੇ ਉਸਦੀ ਪ੍ਰੋਪਰ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਸ ਵਿੱਚ ਟੈਕਸੀ ਡਰਾਈਵਰ ਦਾ ਨਾਮ, ਉਸਦਾ ਲਾਇਸੈਂਸ ਨੰਬਰ, ਉਸਦਾ ਐਡਰੈਸ, ਉਸਦਾ ਫੋਨ ਨੰਬਰ ਐਂਡ ਦਾ ਟੈਕਸੀ ਦਾ ਲਾਇਸੈਂਸ ਨੰਬਰ, ਅਤੇ ਨਾਲ ਦੀ ਨਾਲ ਇਹ ਵੀ ਉਸ ਵਿੱਚ ਦੱਸਿਆ ਹੋਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਕਿਹੜੇ ਗੇਟ ਤੋਂ ਪਿੱਕ ਕਰ ਰਿਹਾ ਹੈ। ਜੋ ਤੁਸੀਂ ਏਅਰਪੋਰਟ ਤੋਂ ਬਾਹਰ ਆਉਂਦੇ ਹੋ ਤਾਂ ਉੱਥੇ ਫੋਰ ਐਗਜ਼ਾਮਪਲ ਗੇਟ ਏ, ਗੇਟ ਬੀ ਜਾਂ ਗੇਟ ਸੀ, ਇਸ ਤਰ੍ਹਾਂ ਵੱਖਰੇ ਵੱਖਰੇ ਗੇਟ ਬਣੇ ਹੁੰਦੇ ਹਨ। ਸੋ ਉਸ ਦੇ ਵਿੱਚ ਤੁਹਾਨੂੰ ਉਹ ਦੱਸਿਆ ਹੋਵੇ ਕਿ ਤੁਹਾਨੂੰ ਕਿਹੜੇ ਗੇਟ ਤੋਂ ਤੁਹਾਡਾ ਟੈਕਸੀ ਡਰਾਈਵਰ ਕਿੰਨੇ ਵਜੇ ਪਿੱਕ ਕਰੇਗਾ। ਸੋ ਅਖੀਰ ਵਿੱਚ ਇਮੀਗ੍ਰੇਸ਼ਨ ਅਫਸਰ ਤੁਹਾਡੇ ਤੋਂ ਇਹ ਜਾਣਨਾ ਚਾਹੇਗਾ ਕਿ ਤੁਹਾਡਾ ਇਹਨਾਂ 14 ਦਿਨ ਦੇ ਕੁਆਰੰਟਾਈਨ ਪਲਾਨ ਦੇ ਵਿੱਚ ਖਾਣ ਪਾਣ ਦਾ ਪ੍ਰਬੰਧ ਕੀ ਹੋਵੇਗਾ। ਸਭ ਤੋਂ ਈਜ਼ੀਐਸਟ ਆਪਸ਼ਨ ਇਹ ਹੈ ਕਿ ਜਿਸ ਵੀ ਹੋਟਲ ਦੇ ਵਿੱਚ ਤੁਸੀਂ ਰਹਿ ਰਹੇ ਹੋ, ਮੋਸਟਲੀ ਕੈਨੇਡਾ ਦੇ ਵਿੱਚ ਹੋਟਲਸ ਤੁਹਾਨੂੰ ਬ੍ਰੈਕਫਾਸਟ ਪ੍ਰੋਵਾਈਡ ਕਰਦੇ ਹਨ, ਬਟ ਤੁਸੀਂ ਹੋਰ ਐਕਸਟਰਾ ਪੇ ਕਰਕੇ ਉਹਨਾਂ ਦੇ ਕੋਲੋਂ ਜਿਹੜਾ ਆਪਣਾ ਸਾਰੇ ਦਿਨ ਦਾ ਭੋਜਨ ਲੈ ਸਕਦੇ ਹੋ, ਜਾਂ ਫਿਰ ਤੁਸੀਂ ਕਿਸੇ ਬਾਹਰੀ ਟਿਫਨ ਸਰਵਿਸ ਜਾਂ ਰੈਸਟੋਰੈਂਟ ਜਿਹੜੇ ਕਿ ਤੁਹਾਨੂੰ ਇੱਕ ਲਿਖਤੀ ਰੂਪ ਵਿੱਚ ਕਨਫਰਮੇਸ਼ਨ ਦਿੰਦੇ ਹੋਣ, ਤੁਸੀਂ ਉਹਨਾਂ ਦੀ ਸਹਾਇਤਾ ਲੈ ਸਕਦੇ ਹੋ। ਜਾਂ ਫਿਰ ਤੁਸੀਂ ਔਨਲਾਈਨ ਡਿਲੀਵਰੀ ਐਪਸ ਜਿਵੇਂ ਕਿ ਇੰਡੀਆ ਦੇ ਵਿੱਚ ਜੋਮੈਟੋ ਜਾਂ ਸਵਿਗੀ ਚੱਲਦੀਆਂ ਹਨ, ਇਸੇ ਤਰ੍ਹਾਂ ਇੱਥੇ ਊਬਰ ਈਟਸ ਜਾਂ ਫਿਰ ਸਕਿੱਪ ਦੀ ਡਿਸ਼ਿਜ਼ ਐਪ ਹਨ, ਉਹਨਾਂ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਸਕਦੇ ਹੋ। ਬਟ ਇੱਥੇ ਧਿਆਨ ਰੱਖਣ ਦੀ ਗੱਲ ਹੈ ਕਿ ਇਹਦੇ ਵਿੱਚ ਤੁਹਾਨੂੰ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਉਹ ਤੁਸੀਂ ਆਪਣੇ ਕਿਸੇ ਵੀ ਰਿਲੇਟਿਵ ਦੇ ਕੋਲੋਂ ਬੋਰੋ ਕਰ ਸਕਦੇ ਹੋ। ਹਾਂਜੀ, ਜੇਕਰ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਇੱਥੇ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਪਰਸਿਊ ਕਰਨ ਲਈ ਆ ਰਿਹਾ ਵਾ ਤਾਂ ਇਹਨਾਂ ਦੋ ਪੁਆਇੰਟਸ ਦਾ ਜ਼ਰੂਰ ਖਿਆਲ ਰੱਖੇ ਤਾਂ ਕਿ ਉਸਨੂੰ ਏਅਰਪੋਰਟ 'ਤੇ ਐਂਟਰੀ ਵੇਲੇ ਉਸਨੂੰ ਇਸ ਕੋਈ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਧੰਨਵਾਦ ਜੀ।